ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿੰਦੇ ਅਤੇ ਭਾਈ ਸੁਖਦੇਵ ਜੇਲ੍ਹ ਸਮੇਂ ਉਹਨਾਂ ਨਾਲ ਕੁਝ ਅਜਹਿਹਾਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਉਹਨਾਂ ਵੱਲੋਂ ਕੀਤੇ ਹੋਏ ਪੰਥਕ ਕਾਰਜਾਂ ਦਾ ਪ੍ਰਭਾਵ ਵੱਡੇ ਅਫਸਰਾਂ ਤੇ ਕਿਵੇਂ ਅਫਸਰ ਹੋਇਆ ਸਾਫ਼ ਦਿਖਾਈ ਦਿੱਤਾ ਇੱਕ ਦਿਨ ਭਾਈ ਜਿੰਦਾ ਦੁਪਹਿਰੇ ਗੁਟਖਾ ਸਾਹਿਬ ਤੋਂ ਪਾਠ ਕਰ ਰਹੇ ਸਨ ਤਾਂ ਗਾਰਡਰੂਮ ਵੱਲੋਂ ਜ਼ੋਰ ਦੀ ਆਵਾਜ਼ ਆਈ ਸਰਦਾਰ ਜੀ ਸਤਿ ਸ਼੍ਰੀ ਅਕਾਲ ਫਿਰ ਭਾਈ ਜਿੰਦੇ ਦਾ ਨਾਮ ਲੈ ਕੇ ਅੱਗੋਂ ਆਵਾਜ਼ ਮਾਰੀ ਤਾਂ ਉਸ ਸਮੇਂ ਸੁਖਦੇਵ ਵੀਰਾ ਲੰਮਾ ਪਿਆ ਪਾਠ ਕਰਦਾ ਕਰਦਾ ਸੋ ਗਿਆ ਸੀ ਜਦੋਂ ਭਾਈ ਜਿੰਦਾ ਗਾਰਡਰੂਮ ਤੇ ਕੋਲ ਗਿਆ ਅੱਗੇ ਡੀਐਸਪੀ ਤੇ ਸੀਵੀਆਈ ਦਾ ਆਈਜੀ ਖੜਾ ਸੀ ਡੀਐਸਪੀ ਹੱਸ ਕੇ ਕਹਿਣ ਲੱਗਾ ਜਿੰਦਾ ਜੀ ਤੁਹਾਡਾ ਚਿਹਰਾ ਬੜਾ ਹੀ ਨੂਰਾਨੀ ਹੁੰਦਾ ਜਾ ਰਿਹਾ ਹੈ ਬੜੇ ਹੀ ਸੋਹਣੇ ਲੱਗ ਰਹੇ ਹੋ ਅੱਗੋ ਜਿੰਦਾ ਜੀ ਨੇ ਜਵਾਬ ਦਿੱਤਾ ਕਿ ਇਹ ਸਾਰੀ ਅਕਾਲ ਪੁਰਖ ਦੀ ਹੀ ਮਿਹਰ ਹੈ ਤੁਸੀਂ ਫਾਂਸੀ ਵਾਲੇ ਵੀ ਨੂੰ ਦੇਖਿਓ ਹੋਰ ਵੀ ਜ਼ਿਆਦਾ ਖਾਲਸਾਈ ਨੂਰ ਆਵੇਗਾ ਮੁੱਖ ਤੇ ਸੀਬੀਆਈ ਦਾ ਆਈਜੀ ਪਹਿਲਾਂ ਹੀ ਇੱਕ ਵਾਰ ਸਿੰਘਾਂ ਨੂੰ ਨਾਸਿਕ ਦੀ ਜੇਲ੍ਹ ਵਿੱਚ ਮਿਲ ਚੁੱਕਾ ਸੀ ਤੇ ਸਿੰਘ ਨੇ ਪੁੱਛਿਆ ਕਿ ਤੁਹਾਡਾ ਕਿਵੇਂ ਔਣਾ ਹੋਇਆ ਹੈ ਤਾਂ ਅਗੋਂ ਆਈਜੀ ਕਹਿੰਦਾ ਕਿ ਅਸੀਂ ਸੋਚਿਆ ਕਿ ਸਿੰਘਾਂ ਦਾ ਹਾਲਚਾਲ ਹੀ ਪੁੱਛ ਆਈਏ ਥੋੜੇ ਚਿਰ ਬਾਅਦ ਸੁਖਾ ਵੀਰ ਵੀ ਦੱਸਦੇ ਨੇ ਕਿ ਕਿ ਉੱਥੇ ਆ ਗਿਆ ਫਿਰ ਆਈਜੀ ਕਹਿਣ ਲੱਗਾ ਕਿ ਤੁਸੀਂ ਬੜੇ ਹੀ ਬਹਾਦਰ ਹੋ ਮੌਤ ਦੇ ਇੰਨੇ ਨੇੜੇ ਹੁੰਦੇ ਹੋਏ ਵੀ ਤੁਹਾਡੇ ਚਿਹਰੇ ਤੇ ਕੋਈ ਡਰ ਨਹੀਂ ਕੋਈ ਭੈ ਨਹੀਂ ਕਿੱਥੋਂ ਆਉਂਦੀ ਹੈ ਤੁਹਾਡੇ ਵਿੱਚ ਇੰਨੀ ਹਿੰਮਤ ਅਤੇ ਦਲੇਰੀ ਸਗੋਂ ਨੂਰਾਨੀ ਚਿਹਰਾ ਚਮਕ ਤੇ ਅਜਿਹੀ ਕਦੇ ਪਹਿਲਾਂ ਮੈਂ ਵੇਖੀ ਨਹੀਂ ਭਾਈ ਜਿੰਦਾ ਹੱਸ ਕੇ ਕਹਿਣ ਲੱਗੇ ਤੁਸੀਂ ਵੀ ਕਮਾਲ ਕਰਦੇ ਹੋ ਆਈਜੀ ਸਾਹਿਬ ਕਦੇ ਤੁਸੀਂ ਸਾਨੂੰ ਅਤਵਾਦੀ دہشت ਗਰ ਕਹਿੰਦੇ ਹੋ ਤੇ ਅੱਜ ਤੁਸੀਂ ਸਾਨੂੰ ਬਹਾਦਰ ਕਹੀ ਜਾਂਦੇ ਹੋ ਅੱਗੋਂ ਆਈਜੀ ਕਹਿਣ ਲੱਗਾ ਕਿ ਤੁਸੀਂ ਵੀ ਕਿਸੇ ਮਕਸਦ ਦੇ ਲਈ ਹੀ ਇਥੇ ਫਾਂਸੀ ਤੇ ਚੜ ਰਹੇ ਹੋ ਬਾਕੀ ਤਾਂ ਅਸੀਂ ਤੁਹਾਨੂੰ ਕੁਝ ਵੀ ਕਹੀਏ ਪਰ ਤੁਸੀਂ ਸ਼ੇਰ ਹੋ ਤੁਸੀਂ ਬਹਾਦਰ ਹੋ ਬਹਾਦਰ ਕੌਮ ਦੇ ਤੁਸੀਂ ਜੋ ਸੂਰਬੀਰ ਯੋਧੇ ਹੋ ਕਹਿੰਦੇ ਹਨ ਕਿ ਜਾਣ ਲੱਗੇ ਡੀਐਸਪੀ ਅਤੇ ਸੀਵੀਆਈ ਦਾ ਆਈਜੀ ਬੜੇ ਹੀ ਨਿੱਗ ਨਾਲ ਮਿਲ ਕੇ ਗਿਆ ਅਤੇ ਕਹਿੰਦਾ ਕਿ ਅਸੀਂ ਤੁਹਾਡੇ ਲਈ ਅਰਦਾਸ ਕਰਾਂਗੇ ਤਾਂ ਪਰ ਇਸ ਸਰਬ ਦੀ ਨਗਾਂ ਆਖਿਆ ਸਾਡੇ ਲਈ ਨਹੀਂ ਸਰਵਤ ਦੇ ਭਲੇ ਵਾਸਤੇ ਅਰਦਾਸ ਕਰੋ ਭਾਈ ਨਿਰਮਲ ਸਿੰਘ ਨੇ ਦੱਸਿਆ ਕਿ ਫੈਸਲੇ ਵਾਲੀ ਰਾਤ ਜੱਜ ساری ਰਾਤ ਨਹੀਂ ਸੁੱਤਾ ਵਾਰ-ਵਾਰ ਵਕੀਲਾਂ ਨੂੰ ਫੋਨ ਕਰਦਾ ਇਹੀ ਕਹਿੰਦਾ ਰਿਹਾ ਕਿ ਮੈਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਹੁਣ ਮੈਨੂੰ ਨੀਂਦ ਨਹੀਂ ਆ ਰਹੀ ਜੱਜ ਨੇ ਕਿਹਾ ਕਿ ਮੈਂ ਫਾਂਸੀ ਨਹੀਂ ਸੀ ਦੇਣਾ ਚਾਹੁੰਦਾ ਪਰ ਮੈਂ ਮਜਬੂਰ ਸੀ ਤੇ ਮੈਂ ਉਹਨਾਂ ਦਿਨ ਤੋਹਾਨੂੰ ਦਿਲੋਂ ਪਿਆਰ ਕਰਦਾ ਸੀ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਸੀ ਮੈਂ ਅੱਜ ਤੱਕ ਇਹੋ ਜਿਹੇ ਇਨਸਾਨ ਨਹੀਂ ਦੇਖੇ ਉਹ ਬਹੁਤ ਹੀ ਚੰਗੇ ਅਤੇ ਚੰਗੇ ਸੁਭਾਅ ਦੇ ਨੇ ਉਹਨਾਂ ਦੀਆਂ ਫੋਟੋਆਂ ਮੈਂ ਆਪਣੇ ਘਰ ਦੇ ਵਿੱਚ ਲਾਵਾਂਗਾ ਫਿਰ ਉਸ ਦਿਨ ਜੱਜ ਨੇ ਸਾਰਿਆਂ ਦੇ ਸਾਹਮਣੇ ਭਾਈ ਨਿਰਮਲ ਸਿੰਘ ਅਤੇ ਭਾਈ ਬਲਵੀਰ ਸਿੰਘ ਨੂੰ ਕਿਹਾ ਸੀ ਮੈਨੂੰ ਸੁਖੇ ਜਿੰਦੇ ਦੀਆਂ ਅਤੇ ਤੁਸੀਂ ਆਪਣੀਆਂ ਵੀ ਫੋਟੋਆਂ ਦਿਓ ਮੈਂ ਆਪਣੇ ਘਰ ਦੇ ਵਿੱਚ ਲਾਉਣੀਆਂ ਨੇ ਜਦੋਂ ਕੋਈ ਜੱਜ ਕਿਸੇ ਕੌਮੀ ਜੋਦੇ ਦੀ ਫੋਟੋ ਘਰ ਦੇ ਵਿੱਚ ਲਾਉਣ ਦੀ ਮੰਗ ਕਰੇ ਉਹ ਕੋਈ ਆਮ ਪਰਵਾਨੇ ਨਹੀਂ ਹੁੰਦੇ ਜਿਸ ਨੇ ਜੱਜ ਦੀ ਸੋਚ ਵੀ ਬਦਲ ਕੇ ਰੱਖ ਦਿੱਤੀ ਇਹ ਗੱਲਾਂ ਕਹਿੰਦੇ ਉਸ ਵੇਲੇ ਉਸ ਜੱਜ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ